21 अप्रैल 2020 तक जिला लुधियाना विच असी 1161 सैंपल जिहड़े हैगे ओ कलेक्ट कीते ने, जिहदे विचों 1117 सैंपलां दी रिपोर्ट सानू प्राप्त हो चुकी है। 1098 केस जिहड़े हैगे इहदे विचों नैगेटिव पाए गए ने, ते कुल मिला के 19 केस जिहड़े हैगे ओ पॉजिटिव पाए गए ने, जिहदे विचों 16 केस जिहड़े हैगे जिला लुधियाना नाल संबंधित ने, 3 केस जिहड़े हैगे ओ बाहरले डिस्ट्रिक्टां नाल संबंधित सीगे। हुण तक 4 केसेस जिहड़े हैगे ओ क्योर्ड हो चुके ने, 3 केसेस जिहड़े हैगे इहदे विचों जिला लुधियाना नाल संबंधित ने, तां 1 केस जिहड़ा हैगा ओ जलंधर नाल संबंधित है। इनफैक्ट अज ही 3 केस जिहड़े हैगे ओ क्योर होए ने, जिन्हां विचों 2 लुधियाने नाल संबंधित ने ते 1 जलंधर नाल संबंधित है। तां कुल मिला के हुण एक्टिव केस जिहड़े हैगे ओ कुल मिला के केवल लुधियाने च 10 केसेस हैंगे एक्टिव केसेस, क्योंकि 5 डेथ जिहड़ियां हैं 5 डेथ हो चुकियां ने, 4 क्योर हो चुके ने, टोटल 19 पेशेंट सीगे। तां कुल मिला के एक्टिव केस जिहड़े हैंगे जिला लुधियाने च हुण 10 हन, जिहदे विचों 9 पेशेंट जिहड़े हैंगे लुधियाना विच एडमिट ने, और 1 पेशेंट जिहड़ा हैगा इस वेले वो फिरोजपुर च एडमिट हैगा। जिवें गवर्नमेंट वल्लों कुछ रिलैक्सेशन जिहड़ियां सीगियां गवर्नमेंट आफ इंडिया गवर्नमेंट आफ पंजाब वल्लों दित्तियां गईयां सन, ਉਹਦੇ ਵਿੱਚ ਇੰਡਸਟਰੀਆਂ ਨੂੰ ਸਪੈਸ਼ਲ ਤੌਰ ਤੇ ਰਿਲੈਕਸੇਸ਼ਨ ਦਾ ਕੰਮ ਜਿਹੜਾ ਸੀਗਾ ਜਾਂ ਪਰਮਿਸ਼ਨ ਦੇਣ ਦਾ ਕੰਮ ਜਿਹੜਾ ਸੀਗਾ ਉਹ ਅੱਜ ਚਾਲੂ ਹੋ ਗਿਆ ਹੈਗਾ। ਇੰਡਸਟਰੀ ਡਿਪਾਰਟਮੈਂਟ ਵੱਲੋਂ ਆਪਣਾ ਇਨਵੈਸਟ ਪੰਜਾਬ ਦਾ ਜਿਹੜਾ ਪੋਰਟਲ ਹੈਗਾ ਉਸ ਪੋਰਟਲ ਦੇ ਰਾਹੀਂ ਐਪਲੀਕੇਸ਼ਨਾਂ ਲੈ ਕੇ ਇੰਡਸਟਰੀਅਲਿਸਟਾਂ ਤੋਂ ਐਪਲੀਕੇਸ਼ਨ ਲੈ ਕੇ ਜਿਹੜੇ ਵੀ ਇੰਡਸਟਰੀਅਲਿਸਟ ਉਹ ਕੰਡੀਸ਼ਨਾਂ ਨੂੰ ਫੁਲਫਿਲ ਕਰਦੇ ਹਨ ਉਹਨਾਂ ਨੂੰ ਪਰਮਿਸ਼ਨ ਦੇਣ ਦਾ ਕੰਮ ਜਿਹੜਾ ਹੈਗਾ ਉਹ ਅੱਜ ਤੋਂ ਚਾਲੂ ਕਰ ਦਿੱਤਾ ਹੈਗਾ। ਕੇਵਲ ਓ ਕੇਵਲ ਉਨ੍ਹਾਂ ਇੰਡਸਟਰੀਆਂ ਨੂੰ ਹੀ ਪਰਮਿਸ਼ਨ ਜਿਹੜੀ ਹੈਗੀ ਦਿੱਤੀ ਜਾਵੇਗੀ ਜਿਹੜੀ ਕਿ ਜਾਂ ਤਾਂ ਇੰਡਸਟਰੀਅਲ ਕੁਆਰੰਟੀਨ ਫੈਸਿਲਿਟੀ ਆਪਣੇ ਵਰਕਰਸ ਵਾਸਤੇ ਪ੍ਰੋਵਾਈਡ ਕਰਨਗੀਆਂ ਜਾਂ ਫਿਰ ਉਨ੍ਹਾਂ ਦੇ ਵਾਸਤੇ ਕੋਈ ਟਰਾਂਸਪੋਰਟ ਫੈਸਿਲਿਟੀ ਜਿਹੜੀ ਹੈਗੀ ਆਪਣੇ ਪੱਧਰ ਤੇ ਪ੍ਰੋਵਾਈਡ ਕਰਨਗੀਆਂ। ਔਰ ਉਨ੍ਹਾਂ ਨੂੰ ਇਸ ਦੇ ਨਾਲ ਨਾਲ ਜਿਹੜਾ ਹੈਲਥ ਡਿਪਾਰਟਮੈਂਟ ਵੱਲੋਂ ਗਵਰਨਮੈਂਟ ਆਫ ਪੰਜਾਬ ਵੱਲੋਂ ਜੋ SOP ਜਾਰੀ ਕੀਤਾ ਗਿਆ ਹੈਗਾ, ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕੁਝ ਕੰਸਟਰਕਸ਼ਨ ਪ੍ਰੋਜੈਕਟ ਜਿਹੜੇ ਹੈਗੇ ਉਨ੍ਹਾਂ ਦੇ ਵਾਸਤੇ ਵੀ ਸਾਡੇ ਕੋਲ ਰਿਕੁਐਸਟ ਜਿਹੜੀਆਂ ਹੈਗੀਆਂ ਆਈਆਂ ਸਨ, ਉਹਦੇ ਵਿੱਚੋਂ ਅਸੀਂ ਜਿਹੜੇ ਨੈਸ਼ਨਲ ਹਾਈਵੇ ਦੇ 5 ਪ੍ਰੋਜੈਕਟ ਹੈਗੇ ਸਾਡੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਜਿਹੜਾ ਲੁਧਿਆਣੇ 'ਚ ਕੰਮ ਚੱਲ ਰਹੇ ਸੀਗੇ ਉਹਨਾਂ ਨੂੰ ਅਸੀਂ ਅੱਜ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਿੱਤੀ ਹੈਗੀ। ਐਲੀਵੇਟਿਡ ਰੋਡ, ਜਲੰਧਰ ਬਾਈਪਾਸ, ਲਾਡੋਵਾਲ ਬਾਈਪਾਸ, ਲੁਧਿਆਣਾ ਖਰੜ ਰੋਡ ਤੇ ਲੁਧਿਆਣਾ ਜਗਰਾਓਂ ਫਿਰੋਜ਼ਪੁਰ ਜਿਹੜੀ ਸੜਕ ਹੈਗੀ ਇਹਨਾਂ ਦੇ ਅੱਜ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਿੱਤੀ ਗਈ ਹੈਗੀ। ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਜ਼ ਵੱਲੋਂ ਜਿਹੜੀਆਂ ਰਿਕੁਐਸਟ ਆਈਆਂ ਸੀਗੀਆਂ ਉਹਨਾਂ ਨੂੰ ਅਸੀਂ ਮੰਨ ਲਿਆ ਹੈਗਾ, ਲੇਕਿਨ ਉਹਨਾਂ ਨੂੰ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਸਾਰਾ ਦਾ ਸਾਰਾ ਲੇਬਰ ਜਿਹੜੀ ਹੈਗੀ ਉਹਨਾਂ ਨੂੰ ਉਹਨਾਂ ਨੇ ਕੁਆਰੰਟੀਨ ਕਰਕੇ ਰੱਖਣਾ ਹੈਗਾ, ਕੋਈ ਵੀ ਮੂਵਮੈਂਟ ਜਿਹੜੀ ਹੈਗੀ ਨਾ ਹੋਣ ਦਿੱਤੀ ਜਾਵੇ, ਤੇ ਹੈਲਥ ਵੱਲੋਂ ਜਿਹੜੀ ਗਾਈਡਲਾਈਨਸ ਦਿੱਤੀਆਂ ਗਈਆਂ ਹਨ ਉਹ ਗਾਈਡਲਾਈਨਸ ਦੀ ਉਹਨਾਂ ਵੱਲੋਂ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਮੈਂ ਅੱਜ ਇੱਕ ਫਿਰ ਅਸੀਂ ਦੇਖ ਰਹੇ ਹਾਂ ਕਿ ਕਈ ਸਾਰੀ ਰੂਮਰਸ ਜਿਹੜੇ ਹੈਗੇ ਲੋਕਾਂ ਵੱਲੋਂ ਫੈਲਾਏ ਜਾ ਰਹੇ ਹਨ। ਅੱਜ ਵੀ ਸਾਡੇ ਕੋਲ ਇੱਕ ਸ਼ਿਕਾਇਤ ਇਸ ਤਰ੍ਹਾਂ ਦੀ ਆਈ ਹੈਗੀ ਕਿ ਕੋਈ ਪਰਟੀਕੁਲਰ ਬ੍ਰੈਡ ਬ੍ਰਾਂਡ ਦੀ ਫਿਰ ਸ਼ਿਕਾਇਤ ਆਈ ਸੀਗੀ ਕਿ ਉਹਦੇ ਵਿੱਚ ਕੋਈ ਬੰਦਾ ਪੋਜ਼ਿਟਿਵ ਪਾਇਆ ਗਿਆ ਹੈਗਾ, ਉਸ ਫੈਕਟਰੀ ਨੂੰ ਬੰਦ ਕਰਤਾ ਗਿਆ ਹੈਗਾ। ਮੇਰੇ ਲੋਕਾਂ ਨੂੰ ਬੇਨਤੀ ਹੈਗੀ ਕਿ ਇਸ ਤਰ੍ਹਾਂ ਦੇ ਰੂਮਰਸ ਜਿਹੜੇ ਹੈਗੇ ਉਹ ਨਾ ਫੈਲਾਓ, ਅਸੀਂ ਉਸਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਚਾਲੂ ਕਰਵਾਤੀ ਹੈਗੀ, ਔਰ ਜੋ ਵੀ ਬੰਦਾ ਇਸ ਤਰ੍ਹਾਂ ਦੀ ਰੂਮਰ ਫੈਲਾਉਂਦਾ ਹੋਇਆ ਪਾਇਆ ਜਾਵੇਗਾ ਉਸਦੇ ਖਿਲਾਫ ਸਖ਼ਤ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁਛ ਇੱਕ ਲੋਕਾਂ ਵੱਲੋਂ ਬਹੁਤ ਹੀ ਗਲਤ ਭ੍ਰਾਂਤੀਆਂ ਜਿਹੜੀਆਂ ਹੈਗੀਆਂ, ਕਨਫਿਊਜ਼ਨ ਜਿਹੜੇ ਹੈਗੇ ਉਹ ਫੈਲਾਏ ਜਾ ਰਹੇ ਨੇ ਰਿਗਾਰਡਿੰਗ ਸਿਵਲ ਹਾਸਪਿਟਲ ਕਿ ਉੱਥੇ ਖਾਣਾ ਨਹੀਂ ਮਿਲਦਾ ਜਾਂ ਕੁਛ ਸੇਵਾ ਜਿਹੜੀ ਸਰਵਿਸਿਜ਼ ਹੈਗੀਆਂ ਉੱਥੇ ਕਾਫੀ ਪੂਅਰ ਹੈਗੀਆਂ। ਇਨਫੈਕਟ ਅੱਜ ਮੈਂ ਪਰਸਨਲੀ ਉੱਥੇ ਵਿਜਿਟ ਕਰਕੇ ਆਇਆ ਹਾਂ, ਸਾਰੀ ਦੀ ਸਾਰੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉੱਥੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ, ਟਾਈਮਲੀ ਲੋਕਾਂ ਨੂੰ ਉੱਥੇ ਖਾਣਾ ਮਿਲ ਰਿਹਾ ਹੈਗਾ, ਔਰ ਜੋ ਵੀ ਸਫਾਈ ਵਗੈਰਾ ਦਾ ਇੰਤਜ਼ਾਮ ਜਿਹੜਾ ਹੈਗਾ ਉੱਥੇ ਉਹ ਵੀ ਕੀਤਾ ਜਾ ਰਿਹਾ। ਲੀਨਿੰਗ ਵੀ ਜਿਹੜੀਆਂ ਹੈਗੀਆਂ ਉਹ ਲਗਾਤਾਰ ਬਦਲੀਆਂ ਜਾ ਰਹੀਆਂ ਹਨ। ਇਹ ਜਿਹੜੀਆਂ ਗਲਤ ਖ਼ਬਰਾਂ ਲਗਾਉਣ ਵਾਲੇ ਲੋਕ ਹੈਗੇ ਜਾਂ ਗਲਤ ਦੁਸ਼ਪ੍ਰਚਾਰ ਜਿਹੜੇ ਲੋਕ ਕਰ ਰਹੇ ਨੇ ਉਹ ਕਾਈਂਡਲੀ ਖ਼ਬਰਾਂ ਨੂੰ ਪਹਿਲਾਂ ਵੈਰੀਫਾਈ ਕਰ ਲੈਣ, ਔਰ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਖ਼ਬਰ ਜਿਹੜੀ ਹੈਗੀ ਉਹ ਲਗਾਇਆ ਕਰਨ।